अमृतसर शहर नूं मान प्राप्त होया जदों कुछ समा पहला G20 सम्मेलन आयोजित किया गया। उस वेले शहर नूं कई थावां ते शहर दा सुंदरीकरण किया गया। शहर दीआं सड़कां दे कंडे बणियां कंधां ते वख-वख रंग नाल डिजाइन बनाए गए अते इक वधिया संदेश मिलिया। साडी टीम ने माल रोड दा दौरा किया जिथे वेखण विच आया कि कंधां ते बने डिजाइन खराब हो रहे हन। इस तरह के डिजाइन शहर दीआं कई कंधां ते बने हन। ਸਾਡੇ ਵੱਲੋਂ ਮੰਗ ਹੈ ਕਿ ਜਿਨ੍ਹਾਂ ਨੇ ਇਹ ਡਿਜ਼ਾਈਨ ਬਣਾਏ ਸਨ ਉਹ ਇੱਕ ਵਾਰ ਫਿਰ ਆ ਕੇ ਵੇਖਣ ਕਿ ਉਹਨਾਂ ਵੱਲੋਂ ਕੀਤਾ ਗਿਆ ਕੰਮ ਖਰਾਬ ਹੋ ਰਿਹਾ। ਜੇਕਰ ਸ਼ਹਿਰ ਨੂੰ ਇੱਕ ਨਵਾਂ ਰੂਪ ਦਿੱਤਾ ਗਿਆ ਤਾਂ ਉਸ ਦੀ ਸਾਂਭ ਸੰਭਾਲ ਵੀ ਹੋਣੀ ਚਾਹੀਦੀ ਹੈ। ਅੰਮ੍ਰਿਤਸਰ ਸ਼ਹਿਰ ਵਾਸਤੇ ਬਹੁਤ ਮਾਣ ਦੀ ਗੱਲ ਸੀ ਕਿ G20 ਸਮਿਟ ਜਿਹੜਾ ਸੀਗਾ ਉਹ ਇੱਥੇ ਹੋਇਆ। ਅੰਮ੍ਰਿਤਸਰ ਸ਼ਹਿਰ ਹੋਸਟ ਸੀ ਉਹ ਸੰਮੇਲਨ ਦਾ ਔਰ ਵੱਖ ਵੱਖ ਦੇਸ਼ਾਂ ਦੇ ਕਈ ਨੁਮਾਇੰਦੇ ਆਏ ਹੋਏ ਸਨ ਜਿਹਦੇ 'ਚ ਕੰਟਰੀ ਹੈੱਡਸ ਵੀ ਸਨ ਔਰ ਟੌਪ ਆਫਿਸਰਸ ਉਹ ਕੰਟਰੀਜ਼ ਦੇ। ਵੇਖਣ ਵਿੱਚ ਆਇਆ ਕਿ ਸਾਫ ਸਫਾਈ ਬਹੁਤ ਕੀਤੀ ਗਈ ਅੰਮ੍ਰਿਤਸਰ ਦੀ ਔਰ ਕਈ ਦੀਵਾਰਾਂ ਦੇ ਉੱਤੇ ਪੇਂਟ ਕੀਤਾ ਗਿਆ ਜਿਵੇਂ ਕਿ ਤੁਸੀਂ ਮੇਰੇ ਮਗਰ ਵੇਖਦੇ ਪਏ ਹੋ। ਇਸ ਤਰ੍ਹਾਂ ਦੇ ਪੇਂਟਸ ਕਈ ਵਾਲਸ 'ਤੇ ਹੋਏ ਸੀ। ਅਸੀਂ ਇਸ ਵੇਲੇ ਹੈਗੇ ਹਾਂ ਮਾਲ ਰੋਡ ਦੇ ਉੱਤੇ। ਸ਼ਹਿਰ ਵਿੱਚ ਹੋਰ ਵੀ ਕਈ ਥਾਵਾਂ 'ਤੇ ਇਹੋ ਜਿਹੇ ਪੇਂਟ ਹੋਏ। ਵੇਖਣ ਵਿੱਚ ਆਇਆ ਕਿ ਪੇਂਟ ਤਾਂ ਹੋ ਗਏ, ਵਾਟਰਪਰੂਫ ਪੇਂਟ ਸੀਗੇ ਹੈ, ਬਟ ਉਸ ਤੋਂ ਬਾਅਦ ਕੋਈ ਸਾਫ ਸਫਾਈ ਨਹੀਂ, ਕੋਈ ਇਹਦੀ ਸੰਭਾਲ ਨਹੀਂ। ਜਿਨ੍ਹਾਂ ਦੀ ਦੀਵਾਰਾਂ 'ਤੇ ਹੈ ਘੱਟੋ ਘੱਟ ਉਹ ਇਹਨੂੰ ਵਾਸ਼ ਕਰ ਸਕਦੇ ਹਫ਼ਤੇ 'ਚ ਇੱਕ ਵਾਰ ਤਾਂ ਕਿ ਜੋ ਇਹਦੀ ਸ਼ਾਈਨ ਪਹਿਲੇ ਸੀ ਉਹ ਸ਼ਾਈਨ ਅੱਗੇ ਵੀ ਬਰਕਰਾਰ ਰਹੇ। ਕੈਮਰਾ ਪਰਸਨ ਰਾਕੇਸ਼ ਨਾਲ JP ਸਿੰਘ, ਫਾਸਟ ਨਿਊਜ਼, ਅੰਮ੍ਰਿਤਸਰ।